ਅਸੀਂ ਇਹੀ ਰਿਕੁਐਸਟ ਕਰਨਾ ਹੈ ਜੀ ਵੀ ਜਿਹੜਾ ਅੱਜ ਕੱਲ੍ਹ ਰਿਮੋਟ ਚੱਲਦੀਆਂ ਬਰਡ ਫਲੂ ਵਾਲੀਆਂ ਇੱਕ ਇੱਥੋਂ ਵਾਈਲਡ ਲਾਈਨ ਵਿੱਚ ਡਿਟੈਕਟ ਹੋਇਆ ਵੀ ਪੋਲਟਰੀ ਦੇ ਵਿੱਚ ਕਿਤੇ ਵੀ ਪੰਜਾਬ ਦੇ ਵਿੱਚ ਕੋਈ ਪੋਲਟਰੀ ਬਿਲਕੁਲ ਸੇਫ ਹੈ ਜੀ ਉਹ ਜਿੱਥੋਂ H5N8 ਕਈ ਥਾਂ ਡਿਕਲੇਅਰ ਹੋਇਆ ਪਰ ਉਹ ਵੀ ਬਹੁਤ ਘੱਟ ਰਿਪੋਰਟਾਂ ਮੋਸਟਲੀ ਭੋਪਾਲ ਲੈਬ ਤੋਂ ਨੈਗੇਟਿਵ ਆਈਆਂ ਨੇ ਜਾ ਕੇ ਉਹ ਕਿਤੇ ਠੰਡ ਨਾ ਮਰੇ ਵਾਲਡ ਕਿਤੇ ਕੁਛ ਹੋਏ ਨੇ ਬਾਕੀ ਆਪਾਂ ਜਿਹੜਾ ਕੋਈ ਵੀ ਚਿਕਨ ਜਾਂ ਮੀਟ ਖਾਂਦਾ 70 ਡਿਗਰੀ ਤੋਂ ਉੱਤੇ ਬੋਇਲ ਕਰਕੇ ਖਾਂਦਾ ਵੈਸੇ ਹੀ ਸੇਫ ਹੁੰਦਾ ਜੀ ਅਤੇ ਉਹ ਆਪਾਂ ਸਾਰੇ ਆਪਣੇ 200 ਡਿਗਰੀ 'ਤੇ ਆਪਣਾ ਜਿਹੜੇ ਵਗੈਰਾ ਹੁੰਦੇ ਨੇ ਜੀ ਈਵਨ ਮਿਲਕ ਵੀ ਆਪਾਂ ਬੋਇਲ ਕਰਕੇ ਪੀਂਦੇ ਹਾਂ ਜੀ ਉਹ ਬੋਇਲ ਕਰਕੇ ਪੀਣਾ ਚਾਹੀਦਾ ਸਾਡਾ ਆਂਡਾ ਅਤੇ ਮੀਟ ਪੰਜਾਬ ਦਾ ਬਿਲਕੁਲ ਸੇਫ ਆ ਇਹਨੂੰ ਬੇਫਿਕਰ ਖਾਣਾ ਚਾਹੀਦਾ ਇਹ 'ਚ ਕੁਛ ਪ੍ਰੋਬਲਮ ਨਹੀਂ ਇੰਦਰਜੀਤ ਸਿੰਘ ਕਾਕਾ ਸਮਰਾਲੇ ਤੋਂ